ਠੱਗੀ ਨਹੀਂ ਆ ਗਿਆ ਭਾਈ ਕੋਈ ਬੇਫਿਕਰ ਇਹ ਜਿਹੜੀ ਨਾਲ ਵਾਲੀ ਦੁਕਾਨ ਹੈ ਇਹ ਮੇਰੀ ਹੈ ਜੀ ਤੇ ਮੈਂ ਇਹਨਾਂ ਨੂੰ ਇੰਨਾ ਸਹਿਯੋਗ ਦਿੱਤਾ ਦੁਕਾਨ ਦੇ ਉੱਤੇ ਕੰਧ ਦੇ ਵਿੱਚ ਮੋਰਾ ਕਢਾਇਆ ਉੱਥੋਂ ਦੀ ਇਹਨਾਂ ਨੇ ਪਾਣੀ ਪੂਣੀ ਪਾਇਆ ਲੇਕਿਨ ਪਾਣੀ ਪਾਉਂਦਿਆਂ ਉਹ ਜਿਹੜੀ ਬੱਸ ਦੇ ਵਿੱਚੋਂ ਪਾਣੀ ਆ ਰਿਹਾ ਸੀ ਉਹਦਾ ਡਰਾਈਵਰ ਹੈ ਗੁਰਜਤ ਸਿੰਘ ਉਸ ਬੰਦੇ ਨੇ ਕਿਸੇ ਨੇ ਕੁਛ ਪੁੱਛਿਆ ਨਹੀਂ ਗੱਡੀ ਭਜਾ ਕੇ ਲੈ ਗਿਆ ਸਾਰੇ ਪੈਪ ਲੱਗੀ ਲਗਾਈ ਔਰ ਬੰਦੇ ਵੀ ਬਚ ਗਏ ਬੰਦੇ ਤਾਂ ਚਲੋ ਮਹਾਰਾਜ ਦੀ ਕਿਰਪਾ ਨਾਲ ਬਚ ਗਏ ਮੇਰੀ ਸਾਰੀ ਗ੍ਰਿਲ ਤੋੜਤੀ ਉੱਪਰ ਜਾਂਦੀ ਸੀ ਸਾਰੀ ਗ੍ਰਿਲ ਤੋੜ ਕੇ ਥੱਲੇ ਡਿੱਗ ਹਲੇ ਸ਼ੁਕਰ ਹੈ ਮੈਂ ਕਹਿੰਦੇ ਤੁਸੀਂ ਕੰਧ ਕੁੱਦ ਨਹੀਂ ਦਿੱਤੀ ਸੀ ਉੱਥੇ ਜਿਹੜਾ ਬੈੱਡ ਬੁੱਡ ਜੇ ਪਏ ਸੀ ਸਾਰਾ ਕੁਝ ਖਿੱਚ ਕੇ ਲੈ ਗਿਆ ਨਾਲ ਕਿੰਨੀ ਅੱਗ ਲੱਗੀ ਜੀ ਗੱਲ ਕਰੀਏ ਤਾਂ ਕਿੰਨਾ ਸਮਾਂ ਲੱਗ ਗਿਆ ਅੱਗ ਤਾਂ ਬਹੁਤ ਜ਼ਿਆਦਾ ਲੱਗੀ ਸੀ ਜੀ ਅੱਗ ਤਾਂ 10-11 ਵਜੇ ਦੀ ਲੱਗੀ ਸੀ ਯਾਰ ਆ ਉਦੋਂ ਦੀ ਇਹ ਫਾਇਰ ਅਫਸਰ ਫਾਇਰ ਵਾਲੇ ਬੰਦੇ ਆਏ ਹੋਏ ਆ ਬਹੁਤ ਮਿਹਨਤ ਕਰ ਰਹੇ ਪਰ ਇਹਨਾਂ ਦਾ ਉਸ ਬੰਦੇ ਨੇ ਮੈਨੂੰ ਗਿਲਾ ਗੁਰਦਿੱਤ ਸਿੰਘ ਨੇ ਜਿਹੜੇ ਬਦਲੇ ਅਣਗਹਿਲੀ ਕੀਤੀ ਆ ਜੀ ਆਪਣਾ ਨੁਕਸਾਨ ਵੀ ਹੋਏਗਾ ਆਪਣਾ ਤੇਰਾ ਆ ਗਈ ਜੀ ਕੰਧ ਦੇ ਵਿੱਚ ਕਿਉਂਕਿ ਬਿਲਕੁਲ ਕੰਧ ਸਾਂਝੀ ਹੈ ਸਾਡੀ ਨਾਲ ਦੀ ਉਹ ਗੁਰਦਿੱਤ ਸਿੰਘ ਜਿਹੜਾ ਡਰਾਈਵਰ ਹੈ ਨਾ ਗੱਡੀ ਦਾ ਉਹ ਗੱਡੀ 'ਚ ਪਾਈਪ ਲੱਗੀ ਸੀਗੀ ਤੇ ਪਾਣੀ ਉਸ ਮੋੜੇ ਥਾਂ ਮਾਰ ਰਹੇ ਸੀ ਅੰਦਰ ਤੇ ਪਤਾ ਨੀ ਕੀ ਹੋਇਆ ਉਹਨੂੰ ਇੱਕਦਮ ਗੱਡੀ ਭਜਾ ਕੇ ਲੈ ਗਿਆ ਪੈਪ ਲੱਗੀ ਲਗਾਈ ਨਾਲ ਉਹ ਬੰਦੇ ਬਚ ਗਏ ਉਹਦੇ ਹੱਥ 'ਚ ਪੈਪ ਸੀਗੀ ਕਿਸੇ ਦੀ ਲੱਤ ਜੜ ਜਾਂਦੀ ਉਹ ਬੰਦਾ ਮਰ ਜਾਂਦਾ ਜਿਹੜੀ ਗ੍ਰਿਲ ਸੀਗੀ ਜਿਹੜੀ ਉੱਤੇ ਜਾ ਰਹੀ ਸੀਗੀ ਉਹ ਗ੍ਰਿਲ ਦੇ ਵਿੱਚ ਆ ਗਈ ਗ੍ਰਿਲ ਸਾਰੀ ਪੱਟਦੀ ਸਾਰੀ ਪੱਟ ਕੇ ਫਸ ਗਈ ਉਹ ਮੈਂ ਤੁਹਾਨੂੰ ਦਿਖਾ ਵੀ ਸਕਦਾ ਜੇ ਤੁਸੀਂ ਮੇਰੇ ਨਾਲ ਚੱਲੋ ਉਹਨੇ ਦੁਕਾਨ ਨੂੰ ਅੱਗ ਲੱਗੀ ਸੀ ਬਾਰਿਸ਼ ਗੱਡੀਆਂ ਪਾਣੀ ਭਰ ਭਰ ਕੇ ਆਈ ਜਾਂਦੀਆਂ ਭੁੱਚੇ ਤੋਂ ਮੰਗਾਈ ਹੈ ਜੀ ਤਲਵੰਡੀ ਤੇ ਰਹਿੰਦਾ ਪਹਿਲਾਂ ਇਲੈਕਟ੍ਰੋਨਿਕਸ ਦੀ ਦੁਕਾਨ ਸੀ ਉਹ ਸਾਡੇ ਪੀਸੀਆਰ ਪਾਰਟੀ ਨੂੰ 1:30 ਵਜੇ ਦੇ ਕਰੀਬ ਪਤਾ ਲੱਗਿਆ ਸੀਗਾ ਵੀ ਜਿਹੜਾ ਹੈਗਾ ਇੱਥੇ ਅੱਗ ਲੱਗੀ ਹੋਈ ਤੁਰੰਤ ਉਹਨਾਂ ਵੱਲੋਂ ਜਿਹੜਾ ਹੈਗਾ ਥਾਣੇ ਤੇ ਕੰਟਰੋਲ ਰੂਮ ਤੇ ਇਤਲਾਹ ਦਿੱਤੀ ਗਈ ਜਿਸ ਤੇ ਜਿਹੜਾ ਤੁਰੰਤ ਥਾਣੇ ਤੇ ਜਿਹੜਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਆ ਗਈਆਂ ਸੀ ਤੇ ਸਾਡੇ ਜਿਹੜਾ ਪੀਸੀਆਰ ਪਾਰਟੀਆਂ ਤੇ ਥਾਣੇ ਵੱਲੋਂ ਜਿਹੜਾ ਹੈਗਾ ਇਹਦੇ ਦੁਕਾਨ ਦੇ ਸ਼ਟਰ ਭੰਨ ਕੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਅੱਗੇ ਜਿਹੜਾ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵੱਲੋਂ ਜਿਹੜਾ ਇਹਦੀ ਕਾਰਵਾਈ ਅਮਲ 'ਚ ਲਿਆਂਦੀ ਗਈ ਤੇ ਅੱਗੇ ਸਾਡੇ ਵੱਲੋਂ ਜਿਹੜਾ NFL ਦੀ ਇੱਕ ਟੀਮ ਆ ਉਹਨਾਂ ਨੂੰ ਵੀ ਬੁਲਾਇਆ ਗਿਆ ਤੇ ਕਰੀਬ ਇੱਥੇ 20 ਤੋਂ 25 ਜਿਹੜੀਆਂ ਹੈਗੀਆਂ ਗੱਡੀਆਂ ਜਿਹੜੀਆਂ ਹੈਗੀਆਂ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਇਸ ਕੰਮ ਨੂੰ ਜਿਹੜੀਆਂ ਲੱਗੀਆਂ NDRF ਆ ਗਈ ਹਾਂਜੀ NDRF ਵੀ ਮੌਕੇ ਤੇ ਆ ਗਈ ਇਹ ਸ਼ੋਰੂਮ ਕਾਹਦਾ ਸੀਗਾ ਇਹ ਇਲੈਕਟ੍ਰੀਕਲ ਦਾ ਸ਼ੋਰੂਮ ਸੀਗਾ ਕਿੰਨੇ ਮੰਜ਼ਲ ਦਾ ਸ਼ੋਰੂਮ ਇਹ 2 ਮੰਜ਼ਲਾਂ ਦਾ ਸ਼ੋਰੂਮ ਅੱਗ ਤੇ ਹੁਣ ਕਾਬੂ ਪੈ ਗਿਆ ਹਾਂਜੀ ਹਾਂਜੀ ਹੁਣ ਜਿਹੜਾ ਅੱਗ ਤੇ ਜਿਹੜਾ ਹੈਗਾ ਕਾਬੂ ਹੈ ਮੇਨ ਹੈ ਕਿ ਇਹ 'ਚ ਕੋਈ ਜਿਹੜੀ ਕੈਜੂਅਲਿਟੀ ਵਗੈਰਾ ਨਹੀਂ ਹੋਈ